ਵੈਲਕਮ ਟੂ ਈਜ਼ੀ ਕੁਕਿੰਗ ਬਾਈ ਪਰਮਜੀਤ ਕੌਰ। ਹਾਂਜੀ, ਅੱਜ ਕੀ ਬਣਾਉਣ ਲੱਗੇ ਜੀ? ਅੱਜ ਅਸੀਂ ਸਵੀਟ ਪੌਪਕੌਰਨ ਬਣਾਵਾਂਗੇ। ਲਓ ਜੀ ਲਓ, ਅੱਜ ਸਵੀਟ ਪੌਪਕੌਰਨ ਬਣਾਉਣ ਲੱਗੇ ਜੀ। ਇਹ ਵੀ ਘਰ ਬਣ ਜਾਂਦੇ ਆ ਜੀ? ਬਣ ਜਾਂਦੇ ਜੀ, ਦੇਖਦੇ ਟਰਾਈ ਕਰਕੇ। ਲਓ ਜੀ ਲਓ, ਅੱਜ ਫਿਰ ਸਵੀਟ ਪੌਪਕੌਰਨ ਬਣਾਉਣ ਲੱਗੇ ਜੀ। ਕਰੋ ਬਣਾਉਣੇ ਸ਼ੁਰੂ। ਲਓ ਜੀ, ਗੈਸ ਅਸੀਂ ਔਨ ਕਰਤੀ ਹੈ ਜੀ, ਅਤੇ ਸਭ ਤੋਂ ਪਹਿਲੇ ਅਸੀਂ ਘੀ ਪਾ ਰਹੇ ਹਾਂ ਜੀ। ਆ ਰੱਖੋ ਜੀ, ਅਸੀਂ ਦੇਸੀ ਘੀ ਯੂਜ ਕਰ ਰਹੇ ਹਾਂ। ਤੁਸੀਂ ਆਪਦੇ ਟੇਸਟ ਦੇ ਮੁਤਾਬਕ ਕੋਈ ਵੀ ਆਇਲ, ਕੋਈ ਵੀ ਘੀ ਯੂਜ ਕਰ ਸਕਦੇ ਹੋ। ਲਓ ਜੀ, ਘੀ ਸਾਡਾ ਪਿਘਲ ਗਿਆ, ਅਤੇ ਇਸ ਤੋਂ ਬਾਅਦ ਅਸੀਂ ਚੀਨੀ ਐਡ ਕਰ ਦੇਣੀ ਹੈ ਜੀ। ਚੀਨੀ ਆਪਦੇ ਟੇਸਟ ਦੇ ਮੁਤਾਬਕ ਵੱਧ ਜਾਂ ਘੱਟ ਪਾ ਸਕਦੇ ਹੋ। ਲਓ ਜੀ, ਚੀਨੀ ਸਾਡੀ ਮੈਲਟ ਹੋਣੀ ਸ਼ੁਰੂ ਹੋ ਗਈ ਸੀ, ਅਤੇ ਉਹਦੇ ਨਾਲ ਹੀ ਅਸੀਂ ਮੱਕੀ ਦੇ ਦਾਣੇ ਵਿੱਚ ਐਡ ਕਰ ਦੇਣੇ, ਅਤੇ ਅੱਛੀ ਤਰ੍ਹਾਂ ਅਸੀਂ ਮਿਕਸ ਕਰ ਦੇਣਾ ਇਹਨਾਂ ਨੂੰ, ਤਾਂ ਕਿ ਚੀਨੀ ਔਰ ਘੀ ਅੱਛੀ ਤਰ੍ਹਾਂ ਦਾਣੇ 'ਚ ਮਿਕਸ ਹੋ ਜਾਵੇ। ਬਹੁਤ ਆਸਾਨ ਨੇ ਮੱਕੀ ਦੇ ਮਿੱਠੇ ਦਾਣੇ ਬਣਾਉਣੇ ਜੀ। ਬਸ ਇਹਨਾਂ ਨੂੰ ਹਿਲਾਈ ਜਾਣਾ ਨਾਲ ਨਾਲ, ਤਾਂ ਕਿ ਇਹ ਨੀਚੇ ਸੜ ਨਾ ਜਾਣ। ਲਓ ਜੀ, ਇਸ ਤੋਂ ਬਾਅਦ ਇਹ ਤਾਂ ਢੱਕਣ ਦੇ ਦੇਣਾ ਜੀ ਅਸੀਂ, ਅਤੇ ਦੇਖੋ ਜੀ ਇਹ ਦਾਣੇ ਬਣਨੇ ਸ਼ੁਰੂ ਹੋ ਜਾਂਦੇ ਆ ਜੀ। ਦੇਖੋ ਕਿੰਨੇ ਅੱਛੀ ਤਰ੍ਹਾਂ ਸਵੀਟ ਪੌਪਕੌਰਨ ਬਣ ਰਹੇ ਜੀ। ਦੇਖੋ ਜੀ, ਜਦੋਂ ਪੌਪਕੌਰਨ ਬਣਨ ਦੀ ਆਵਾਜ਼ ਬੰਦ ਹੋ ਜਾਵੇ, ਤਾਂ ਸਮਝੋ ਸਾਡੇ ਸਾਰੇ ਦਾਣੇ ਤਿਆਰ ਹੋ ਗਏ ਜੀ। ਲਓ ਗੈਸ ਅਸੀਂ ਬੰਦ ਕਰਤੀ, ਕਿਉਂਕਿ ਦਾਣੇ ਹੁਣ ਬਣਨ ਦੀ ਆਵਾਜ਼ ਬਹੁਤ ਘੱਟ ਗਈ, ਅਤੇ ਇਟ ਮੀਨਸ ਦਾਣੇ ਸਾਡੇ ਤਿਆਰ ਹੋ ਗਏ ਨੇ। ਜੇ ਥੋੜ੍ਹੀ ਬਹੁਤੀ ਕੋਈ ਬਣਨ ਵਾਲੇ ਹੋਣਗੇ, ਤਾਂ ਇਸੇ ਸੇਕ 'ਚ ਬਣ ਜਾਣੇ ਆ। ਇਹ ਦੇਖੋ ਇਸੀ ਸੇਕ ਦੇ ਵਿੱਚ ਹੀ ਬਣੀ ਜਾ ਰਹੇ ਨੇ। ਲਓ ਜੀ, ਬਿਲਕੁਲ ਆਵਾਜ਼ ਆਉਣੀ ਬੰਦ ਹੋ ਗਈ, ਇਹਦਾ ਮਤਲਬ ਦਾਣੇ ਸਾਡੇ ਬਣ ਗਏ, ਬਿਲਕੁਲ ਤਿਆਰ ਹੋ ਗਏ। ਦੇਖੋ ਜੀ ਕਿੰਨੇ ਅੱਛੇ ਸਵੀਟ ਪੌਪਕੌਰਨ ਬਣੇ ਜੀ। ਲਓ ਜੀ, ਸਵੀਟ ਪੌਪਕੌਰਨ ਬਣ ਕੇ ਸਾਡੇ ਬਿਲਕੁਲ ਤਿਆਰ ਹੈ। ਉਮੀਦ ਕਰਦੇ ਹਾਂ ਸਾਡੀ ਰੈਸਪੀ ਤੁਹਾਨੂੰ ਅੱਛੀ ਲੱਗੇਗੀ। ਇੱਕ ਵਾਰੀ ਇਸ ਤਰ੍ਹਾਂ ਬਣਾ ਕੇ ਦੇਖੋ, ਔਰ ਕਮੈਂਟ ਬਾਕਸ ਕਮੈਂਟ ਕਰਕੇ ਦੱਸੋ ਕਿ ਸਾਡੀ ਰੈਸਪੀ ਤੁਹਾਨੂੰ ਕੈਸੀ ਲੱਗੀ। ਥੈਂਕ ਯੂ ਵੈਰੀ ਮੱਚ।